ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਵਿੱਚ ਹੋਈ ਕਰੋੜਾਂ ਦੀ ਚੋਰੀ। ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਵਿੱਚ ਉਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਕੁਝ ਲੁਟੇਰਿਆਂ ਵੱਲੋਂ ਇੱਕ ਦੁਕਾਨ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਦੁਕਾਨ ਦੇ ਸਾਰੇ ਗਹਿਣੇ ਲੁੱਟ ਲਏ, ਜਿਸ ਦੀ ਕੀਮਤ 6 ਕਰੋੜ ਦੱਸੀ ਜਾ ਰਹੀ ਹੈ। ਇਸ ਮੌਕੇ 'ਤੇ ਦੁਕਾਨ ਮਾਲਕ ਸੁਰਿੰਦਰ ਸਿੰਘ ਅਤੇ ਪੁਲਿਸ ਅਧਿਕਾਰੀ JS ਵਾਲੀਆ ਨੇ ਕਿਹਾ, ਮੇਰਾ ਨਾਮ ਸੁਰਿੰਦਰ ਸਿੰਘ। ਕੀ ਵਾਰਦਾਤ ਹੋਈ ਹੈ? ਵਾਰਦਾਤ ਇੱਥੇ ਲੁੱਟ ਹੋਈ ਹੈ। ਉਹਨੇ ਸਟਾਕ ਮਿਲਣਗੇ, ਪਤਾ ਲੱਗੇਗਾ ਕਿੰਨਾ ਕੁ ਇਹਨਾਂ ਦਾ ਨੁਕਸਾਨ ਹੋਇਆ। ਫਿਲਹਾਲ ਸਾਰੀ ਕਾਰਵਾਈ ਅੰਦਰ ਚੱਲਦੀ ਪਈ ਔਰ ਅੱਧੇ ਘੰਟੇ ਤੱਕ ਰਿਜ਼ਲਟ ਬਾਹਰ ਆ ਜਾਏ। ਕਿਹੜੀ ਮਾਰਕੀਟ? ਇਹ ਗੁਰੂ ਬਾਜ਼ਾਰ ਮੇਨ ਬੱਤੀ ਹੱਟਾ ਹੈ ਜੀ। ਇਸ ਇਲਾਕੇ ਦਾ ਨਾਮ ਬੱਤੀ ਹੱਟਾ, ਗੁਰੂ ਬਾਜ਼ਾਰ ਸਾਹਮਣੇ ਨਾਲ ਲੱਗਦਾ ਹੋਇਆ। ਇੱਥੇ ਵਾਰਦਾਤ ਹੋਈ ਹੈ। ਪ੍ਰੇਮ ਕਾਂਡ ਸੰਸ ਯਾਨੀ ਕਿ ਹੋਲਸੇਲਰ ਹੈਗੇ ਨੇ, ਰਿਟੇਲਰ ਨਹੀਂ ਗੇ। ਉਹਨਾਂ ਦਾ ਕਾਫੀ ਨੁਕਸਾਨ ਹੋਇਆ। ਟੋਟਲ ਕਿੰਨਾ ਨੁਕਸਾਨ ਹੋਇਆ? ਦੇਖੋ ਜੀ, ਹੁਣ ਤਾਂ ਹਵਾ ਵਾਲੀ ਗੱਲ ਨਹੀਂ ਕਰ ਸਕਦੇ, ਯਾਨੀ ਕਿ ਪਤਾ ਲੱਗੇਗਾ 15-20 ਮਿੰਟਾਂ 'ਤੇ ਘੰਟੇ ਤੱਕ ਪਤਾ ਲੱਗ ਜਾਏਗਾ। ਕੌਣ ਕੌਣ ਆਇਆ ਸੀ ਤੁਹਾਨੂੰ ਲੁੱਟ ਕਰਨਾ? ਤੁਸੀਂ ਬੰਨੇ ਸੀ ਜਾਂ ਹਥਿਆਰ ਲਾਏ ਸੀ? ਉਹ ਤਾਂ ਇਹਨਾਂ ਨੂੰ ਪੁਲਿਸ ਵਾਲੇ ਕਰਦੇ ਪਏ ਨੇ, ਦੇਖਦੇ ਪਏ। ਉਹਨਾਂ ਨੂੰ ਅੰਦਰ ਪਤਾ ਕਿ ਉਹ ਸਾਡੇ ਵਰਗੇ ਬੰਦੇ ਤਾਂ ਅੰਦਰ ਹੈਗੇ ਨੇ। ਮਾਲਕਾਂ ਨੂੰ ਪਤਾ, ਉਹ ਆਉਣਗੇ ਉਹਨੇ ਤਾਂ ਤੁਹਾਨੂੰ ਦੱਸਣ ਕਿ ਕਿੰਨੇ ਬੰਦੇ ਆਏ, ਕੀ ਕੀਤਾ। ਸੀਸੀ ਕੈਮਰਾ ਲੱਗਾ ਇੱਥੇ? ਹਾਂ, ਕੈਮਰੇ 'ਚ ਸਾਰੀ ਆ ਗਈ। ਬੰਦਿਆਂ ਦੀ ਜਿਹੜੀ ਜਿਹੜੇ ਲੈ ਕੇ ਭੱਜੇ ਨੇ ਸਮਾਨ, ਉਹਨਾਂ ਦੀ ਸਾਰੀ ਫੁਟੇਜ ਆ ਗਈ। ਕਿੰਨੇ ਜਾਣੇ ਪਤਾ ਲੱਗਾ? 5 ਤੋਂ 6 ਦੇ। ਇਹ ਅੰਦਾਜ਼ਨ ਕੋਈ 7:30-8 ਦੇ ਵਜੇ ਦੇ ਕਰੀਬ, ਜਿਹੜਾ ਕੋਈ PKS ਜੂਲਰ ਸਾਡੇ ਇੱਥੇ ਗੁਰੂ ਬਾਜ਼ਾਰ ਸ਼ਹਿਰ ਸ਼ੋਪ, ਜਿੱਥੇ ਕੋਈ 2 ਵਿਅਕਤੀ ਪਹਿਲਾਂ ਕਸਟਮਰ ਬਣ ਕੇ ਐਂਟਰ ਹੋਏ, ਉਹਨਾਂ ਦੇ ਪਿੱਛੇ ਹੋਰ 3 ਵਿਅਕਤੀ ਜਿਹੜੇ ਐਂਟਰ ਹੋਏ ਵੈਪਨ ਲੈ ਕੇ, ਜਿਹੜੇ ਇੱਥੇ ਉਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਤਫਤੀਸ਼ ਕਰ ਰਹੇ ਹਾਂ, ਪਰਚਾ ਦਰਜ ਕਰ ਦਿੱਤਾ ਗਿਆ। ਉਹ ਅਜੇ ਇਹਨਾਂ ਨੇ ਆਪਣਾ ਰਿਕਾਰਡ ਚੈੱਕ ਕਰਕੇ, ਰੈਕਰਡ ਚੈੱਕ ਕਰਕੇ ਫਿਰ ਦੱਸ ਦਿਓ। ਉਹ ਜੇ ਚੈੱਕ ਕਰ ਰਹੇ ਜੀ, ਹਾਂ, ਬਾਕੀ ਸਾਰੇ ਕੈਮਰੇ ਚੈੱਕ ਕਰ ਰਹੇ। ਅਜੇ ਉਸ ਚੀਜ਼ ਦੀ ਕੋਈ ਕਨਫਰਮੇਸ਼ਨ ਨਹੀਂ ਆ, ਬਟ ਸਾਡੇ ਅਸੀਂ ਜਿਹੜੀ ਜਿੰਨੇ ਵੀ ਹੈਗੀਆਂ ਚੀਜ਼ਾਂ ਸਾਰੇ 'ਤੇ ਦੇਖਾਂਗੇ। ਥੈਂਕ ਯੂ।